ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਚਟਨੀ ਬਣਾ ਆਪਾਂ ਪੁਦੀਨਾ ਪਾ ਕੇ ਬਣਾਵਾਂਗੇ, ਬਹੁਤ ਵਧੀਆ ਬਣਾਵਾਂਗੇ। ਹਰੀਆਂ ਮਿਰਚਾਂ ਪਾਵਾਂਗੇ ਆਪਾਂ, ਆਹ ਪੁਦੀਨੇ 'ਚ ਆਪਾਂ ਪਾਣੀ ਪਾ ਤਾ, ਡੁੰਗ ਕੇ ਰੱਖਿਆ, ਪੱਤਾ ਪੱਤਾ ਡੁੰਗਿਆ ਹੈਗਾ, ਆਪਾਂ ਬਾਹਲੇ ਟੂਸੇ ਨਹੀਂ ਡੁੰਗੇਗੇ, ਅਤੇ ਪੱਤਾ ਪੱਤਾ ਹੈ, ਕੋਈ ਤਾਂ ਭਲਾ ਮਾੜਾ ਮੋਟਾ ਟੂਸਾ ਹੋਵੇ, ਅਤੇ ਆਪਾਂ ਇਹ ਚੀਰ ਕੇ ਪਾ ਦਿਆਂਗੇ। ਆਪਾਂ ਆਹ ਹਰੀਆਂ ਮਿਰਚਾਂ ਅਤੇ ਲਸਣ ਆਪਾਂ ਪਹਿਲਾਂ ਪਾਵਾਂਗੇ, ਅਤੇ ਲੂਣ ਵੀ ਪਾਵਾਂਗੇ। ਟਮਾਟਰ ਆਪਾਂ ਚੀਰ ਕੇ ਰੱਖਿਆ, ਅਤੇ ਗੰਢਾ ਵੀ ਚੀਰ ਕੇ ਰੱਖਿਆ, ਅਤੇ ਹੁਣ ਆਪਾਂ ਆਹ ਹਰੀਆਂ ਮਿਰਚਾਂ ਅਤੇ ਲਸਣ ਰਗੜਾਂਗੇ ਲੂਣ ਪਾ ਕੇ। ਲੂਣ ਆਪਾਂ ਪੂਰਾ ਹੀ ਪਾ ਲਿਆ ਪਹਿਲਾਂ, ਵੀ ਜਿੰਨਾ ਕੁ ਲੋੜ ਹੈ। ਬਾਅਦ 'ਚ ਨਹੀਂ ਆਪਾਂ ਹੋਰ ਪਾਉਂਦੇ ਲੂਣ। ਮਿਰਚਾਂ ਅਤੇ ਲਸਣ ਰਗੜ ਲਏ ਆਪਾਂ, ਅਤੇ ਹੁਣ ਆਪਾਂ ਪੁਦੀਨਾ ਕੁੱਟਾਂਗੇ, ਚੀਰ ਕੇ ਪਾਵਾਂਗੇ। ਇਹ ਹੈ ਤਾਂ ਪੱਤੇ ਹੀ, ਪਰ ਚੀਰ ਕੇ ਪਾਵਾਂਗੇ ਆਪਾਂ। ਪੁਦੀਨੇ ਵੀ ਵਧੀਆ ਹੈਗਾ, ਪੁਦੀਨੇ ਦੀ ਮਹਿਕ ਬਹੁਤ ਵਧੀਆ ਆਉਂਦੀ ਹੈਗੀ, ਅਤੇ ਬਹੁਤ ਵਧੀਆ ਚਟਨੀ ਕਰਾਰੀ ਬਣੂਗੀ। ਪੁਦੀਨਾ ਨਾਲ ਠੰਡਾ ਹੁੰਦਾ, ਗਰਮੀ ਦੇ ਵਿੱਚ ਲੋਕ ਬਹੁਤ ਖਾਂਦੇ ਪੁਦੀਨੇ ਦੀ ਚਟਨੀ। ਹੁਣ ਗਰਮੀਆਂ ਸ਼ੁਰੂ ਹੋ ਗਈਆਂ, ਅਤੇ ਗਰਮੀਆਂ 'ਚ ਚਟਨੀ ਪੁਦੀਨੇ ਦੀ ਲੋਕ ਵੀ ਬਹੁਤ ਬਣਾਉਂਦੇ ਹੈ। ਹੁਣ ਆਪਾਂ ਪੁਦੀਨਾ ਕੁੱਟ ਲਾਂਗੇ ਪਹਿਲਾਂ,
ਆਪਾਂ ਗੰਢਾ ਵੀ ਪਾ ਲਾਂਗੇ, ਨਾਲ ਹੀ ਕੁੱਟਿਆ ਜਾਊ ਇਹ ਵੀ। ਹੁਣ ਆਪਾਂ ਟਮਾਟਰ ਵੀ ਪਾ ਦਿੰਦੇ ਹਾਂ। ਆਪਾਂ ਟਮਾਟਰ ਜ਼ਿਆਦਾ ਬਰੀਕ ਨਹੀਂ ਕਰਦੇ, ਮੋਟਾ ਮੋਟਾ ਹੀ ਰੱਖਾਂਗੇ। ਚਟਨੀ ਆਪਣੀ ਬਣ ਗਈ ਹੈ ਅਤੇ ਆਪਾਂ ਹੁਣ ਇਹਨੂੰ ਕੌਲੀ 'ਚ ਕੱਢ ਲਾਂਗੇ। ਮਹਿਕ ਬਹੁਤ ਸੋਹਣੀ ਆਉਂਦੀ ਹੈ ਚਟਨੀ ਦੀ। ਦੇਖੋ ਆਪਣੀ ਚਟਨੀ ਕਿੱਡੀ ਸੋਹਣੀ ਬਣੀ ਹੈ, ਬਹੁਤ ਵਧੀਆ ਬਣੀ ਹੈਗੀ ਪੁਦੀਨੇ ਦੀ ਚਟਨੀ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।